ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭਗਵਾਨਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਇੱਕ ਅਧਿਆਪਕ ਦੇ ਵੱਲੋਂ ਚੌਥੀ ਕਲਾਸ ਦੇ ਬੱਚੇ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਨੇ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਹ ਜੇਰੇ ਇਲਾਜ ਹੈ। ਬੱਚੇ ਦੇ ਮਾਪਿਆਂ ਨੇ ਪਹਿਲਾਂ ਵੀ ਅਧਿਆਪਕ ਦੇ ਉੱਤੇ ਬੱਚਿਆਂ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੁਣ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੀ ਜ਼ਿਲ੍ਹਾ ਸਿੱਖਿਆ ਅਫਸਰ ਕਰਦੇ ਹੋਏ ਨਜ਼ਰ ਆਏ ਨੇ। ਦਰਅਸਲ ਭਗਵਾਨਪੁਰਾ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਅਧਿਆਪਕ ਦੇ ਵੱਲੋਂ ਚੌਥੀ ਕਲਾਸ ਦੇ ਬੱਚੇ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਬੱਚੇ ਨੂੰ ਬੁਖਾਰ ਚੜ੍ਹ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਪਰਿਵਾਰਕ ਮੈਂਬਰ ਅਧਿਆਪਕਾਂ ਦੇ ਖਿਲਾਫ ਬੰਦੀ ਕਾਰਵਾਈ ਅਮਲ ਦੇ ਵਿੱਚ ਲਿਆਉਣ ਦੀ ਮੰਗ ਕਰ ਰਹੇ ਨੇ। ਪਰਿਵਾਰਕ ਮੈਂਬਰਾਂ ਨੇ ਇੱਥੋਂ ਤੱਕ ਦੋਸ਼ ਲਗਾਏ ਨੇ ਕਿ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਜਾਂਦੇ ਨੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਮੈਡਮ ਨੇ ਕੋਈ ਟੈਸਟ ਲਿਆ ਸੀਗਾ ਅਤੇ ਟੈਸਟ ਕੋਈ ਮਿਸਟੇਕ ਹੋ ਗਈ, ਉਹ ਬੱਚਾ ਨਜਾਇਜ਼ ਕੁੱਟਿਆ ਮੈਡਮ ਨੇ, ਤਾਂ ਸੋਟੀ ਟੁੱਟ ਗਈ, ਬੱਚੇ ਦੱਸ ਰਹੇ ਨੇ ਨਾਲ ਦੇ, ਇੰਨੀ ਜ਼ੋਰ ਨਾ ਮਾਰਿਆ। ਅਤੇ ਦੇਖੋ ਜੀ, ਜਿਹੜੇ ਨੀਲ ਸੀਗਾ ਉਹ ਥੋੜ੍ਹਾ ਘੱਟ ਗਿਆ ਕਿਉਂਕਿ 3-4 ਘੰਟੇ ਬੀਤ ਚੁੱਕੇ ਨੇ। ਅਤੇ 12 ਵਜੇ ਅਸੀਂ ਲੈ ਕੇ ਆ ਗਏ ਪਿੰਡ ਭਗਵਾਨਪੁਰਾ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨਪੁਰਾ। ਕਿਹੜੇ ਟੀਚਰ ਵੱਲੋਂ ਕੁੱਟਿਆ ਗਿਆ? ਜਸਵਿੰਦਰ ਕੌਰ ਮੈਡਮ ਹੈ। ਪਹਿਲਾਂ ਵੀ 1-2 ਮਾਮਲੇ ਪਹਿਲਾਂ ਵੀ ਦਰਜ ਹੋਏ ਨੇ ਇਹਦੇ ਖਿਲਾਫ਼ ਜੀ, ਪਹਿਲਾਂ ਵੀ ਨਜਾਇਜ਼ ਬੱਚੇ ਕੁੱਟੇ ਨੇ। ਅੱਛਾ ਜੀ। ਬੱਚਾ ਦੇਖੋ ਜੀ, ਡਰਦਾ ਮੇਰਾ, ਬੁਖਾਰ ਚੜ੍ਹਿਆ ਪਿਆ, ਮੈਡਮ ਨੇ ਦਵਾਈ ਦਿੱਤੀ ਹੈ ਜੀ, ਬੁਖਾਰ ਟੈਂਪਰੇਚਰ ਉਨਾ ਹੀ ਹੈ, ਡਰਦੇ ਬੱਚੇ ਡਰਦੇ ਜਾਂਦੇ ਨਹੀਂ ਸਕੂਲ, ਮੈਡਮ ਮਾਰੂਗੀ। ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ, ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੁੰਦੀ ਹੈਗੀ ਮੈਡਮ ਖਿਲਾਫ਼। ਹਰਪਾਲ ਕੌਰ ਜੀ, ਭਗਵਾਨਪੁਰ, ਮੇਰਾ ਪੁੱਤ ਹੈ ਜੀ ਇਹ, ਮੈਡਮ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਜੀ। ਛੋਟੀ ਇਹਨੇ ਤੋੜਤੀ, ਇੱਕ ਮਾਰਿਆ ਡੰਡਾ, ਉਹੀ ਤੋੜਤੀ, ਛੋਟੀ ਮੁੰਡੇ ਦੇ ਵਿੜਦੀ ਆ। ਉਹ ਕਹਿੰਦੇ ਜੀ ਟੈਸਟ ਲੈਂਦੇ ਸੀਗੇ ਵੀ ਟੈਸਟ ਮੁੰਡੇ ਨੂੰ ਨਹੀਂ ਆਇਆ ਹੈਗਾ, ਜਦੋਂ ਪੜ੍ਹਾਉਣਾ ਹੀ ਨਹੀਂ ਜੀ ਹੈਗਾ। ਤਿੰਨ ਮੋਬਾਇਲ ਰੱਖਦੀਆਂ ਨੇ ਕੋਲ, ਇੱਕ ਮੈਨ ਛੱਡਣਾ, ਦੂਆ ਚੱਕ ਲੈਣਾ, ਦੂਆ ਛੱਡਣਾ, ਤੀਆ ਚੱਕ ਲੈਣਾ, ਜਾਂ ਪੜ੍ਹਾਉਣਾ ਨਹੀਂ ਬੱਚਾ ਬੱਚੇ ਨੂੰ, ਆਪਾਂ ਨੇ ਨਜਾਇਜ਼ ਫਿਰ ਆਪਾਂ ਨੇ ਸਵਾਰ ਪੁੱਛਣਾ ਬੱਚੇ ਨੂੰ ਵੀ ਕਿੱਥੋਂ ਆਊਗਾ, ਦੱਸੋ ਪਹਿਲਾਂ ਮੈਨੂੰ। ਸਾਡੇ 'ਚ ਇੰਨੀ ਪਾਵਰ ਹੈ ਨਹੀਂ ਵੀ ਬੱਚਿਆਂ ਨੇ, ਹੁਣ ਜਿਨ੍ਹਾਂ ਨੇ ਤਾਂ ਬੱਚੇ ਹਟਾ ਕੇ ਅਗਲੇ ਨੇ ਪ੍ਰਾਈਵੇਟ ਸਕੂਲਾਂ 'ਚ ਪਾ ਲਏ, ਉੱਥੇ ਬੱਚੇ ਹੀ ਸਾਰੇ 5-7 ਨੇ ਜਾ ਕੇ, ਜੇ ਤੁਸੀਂ ਦੇਖੋ ਮਈਆਂ ਦੇ ਨਾਲ ਰਲ ਕੇ ਨਿਆਣੇ। ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ? ਹਾਂਜੀ, ਮੇਰੀ ਭੈਣ ਦਾ ਪੋਤਾ ਕੁੱਟਿਆ ਜੀ, ਪਹਿਲਾਂ ਉਹਦੇ ਲਾਸਾਂ ਪਾਈਆਂ ਪਈਆਂ ਨੇ, ਉਹ ਵੀਡੀਓ ਤੁਹਾਨੂੰ ਪਾ ਦਿੰਦੇ ਹਾਂ, ਉਹ ਦੇਖ ਲਓ। ਅਸੀਂ 2 ਵਾਰੀ ਗੱਡੀਆਂ ਭਰ ਭਰ ਕੇ ਫਤਿਹਗੜ੍ਹ ਸਾਹਿਬ ਵੀ ਗਏ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਜਿਹੜੀ ਆਹ ਹੁਣ 2-4 ਮਹੀਨਿਆਂ ਦੇ ਵਿੱਚ ਸਾਡੇ ਨਾਲ ਹੋਈ ਆ, ਬੀਤੀ ਹੈ ਮੇਰੀ ਭੈਣ ਦੇ ਪੋਤੇ ਦੇ ਨਾਲ, ਅਸੀਂ ਉਹ ਵੀ ਕੰਪਲੇਂਟ ਕਰੀ ਹੋਈ ਆ, ਸਾਡੀ ਉਹਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਆ ਸਾਡੇ ਬੱਚਿਆਂ ਦਾ ਫਿਰ ਇੱਦਾਂ ਮਾਰ ਦੂਗੀ ਉਹ ਸਾਡੇ ਬੱਚੇ? ਮੈਡਮ ਕੀ ਕਹਿੰਦੀ ਫਿਰ? ਮੈਡਮ ਕਹਿੰਦੀ ਹੈ ਜੀ ਵੀ ਜੋ ਥੋਤੇ ਬਣਦਾ ਕਰ ਲਓ, ਮੈਂ ਤਾਂ, ਮੇਰਾ ਗੁੱਸਾ ਨਹੀਂ ਕੰਟਰੋਲ ਹੁੰਦਾ ਹੈਗਾ, ਗੁੱਸੇ ਕਰਕੇ ਬੱਚੇ ਨੂੰ ਕੁੱਟ ਰਹੀ ਆ ਜੀ। ਕੱਲ੍ਹ ਨੂੰ ਸਾਡਾ ਬੱਚਾ ਕੋਈ ਨੁਕਸਾਨੇ ਗਿਆ, ਸਾਡੀ ਸਰਕਾਰ ਨਹੀਂ ਸੁਣਦੀ ਹੈਗੀ, ਫਿਰ ਅਸੀਂ ਕੀ ਕਰ ਸਕਦੇ ਹਾਂ? ਗਰੀਬ ਬੰਦੇ ਹਾਂ ਅਸੀਂ, ਦਿਹਾੜੀਦਾਰ ਬੰਦੇ ਹਾਂ, ਜਦੋਂ ਮੁੰਡਾ ਕੁੱਟਿਆ, ਮੁੰਡੇ ਨੂੰ ਕੜ ਕੇ ਬੁਖਾਰ ਚੜ੍ਹ ਗਿਆ, ਘਰ ਭੇਜਤਾ, ਸਾਨੂੰ ਇਹ ਨਹੀਂ ਦੱਸਿਆ ਹੈਗਾ ਤੁਹਾਡਾ ਮੁੰਡਾ ਮੈਂ ਕੁੱਟਿਆ। ਕਹਿੰਦੀ ਇਹਨੂੰ ਬੁਖਾਰ ਚੜ੍ਹ ਗਿਆ, ਇਹ ਦਾਦੇ ਨੂੰ ਕਹਿੰਦੀ ਘਰ ਨੂੰ ਲੈ ਜਾ, ਚਾਚਾ ਜੀ ਇਹਨੂੰ ਦਵਾਈ ਦਵਾ ਦਿਓ। ਅਤੇ ਜਦੋਂ ਅਸੀਂ ਇਹਦੀ ਲਾਸ਼ ਦੇਖੀ ਮੁੰਡੇ ਦੀ, ਪਾਈ ਵੀ ਢੂਹੀ ਦੇ ਉੱਪਰ, ਅਸੀਂ ਮੁੰਡਾ ਮਿਲ ਜੋ ਬੁਲਾਇਆ ਦਿਹਾੜੀਦਾਰ ਮੁੰਡਾ, ਸਵੇਰ ਦੇ ਬੈਠੇ ਅਸੀਂ 12 ਵਜੇ ਦੇ ਆਏ ਬੈਠੇ। ਫਿਰ ਤੁਸੀਂ ਇਲਾਜ ਲਈ ਕਿੱਥੇ ਲੈ ਕੇ ਆਏ ਬੱਚੇ ਨੂੰ? ਅਸੀਂ ਹਸਪਤਾਲ ਸਕੂਟਰ 'ਤੇ ਬਾਅਦ ਵਿੱਚ ਲਿਆ ਹਸਪਤਾਲ ਦੇ ਵਿੱਚ, ਅਮਰੋਹ ਸਰਕਾਰੀ। ਡਾਕਟਰਾਂ ਵੱਲੋਂ ਜੀ, ਮੈਡਮ ਨੇ ਤਾਂ ਸਾਨੂੰ ਕਹਿੰਦੀ ਕਿ ਵੀ 2 ਵਜੇ ਆਊਗਾ ਡਾਕਟਰ, ਵੀ ਉਹ ਤੁਹਾਡੀ ਕਾਰਵਾਈ ਉਹ ਕਰੂਗਾ। ਅਸੀਂ ਜਿੱਥੇ ਬੈਠੇ ਹਾਂ ਹੁਣ, ਸਾਡੀ ਉਹਨੇ ਡਾਕਟਰ ਨੇ ਕਾਰਵਾਈ ਕੀਤੀ ਆ, ਬਾਕੀ ਦੇਖੋ ਵੀ ਹੁਣ ਕੀ ਬਣ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਤਾਂ ਜੀ ਹੁਣ ਸਾਡੀ ਇਹੀ ਹੈ ਵੀ ਸਾਨੂੰ ਹਿਸਾਬ ਮਿਲਣਾ ਚਾਹੀਦਾ, ਇਨਸਾਫ ਹੀ, ਸਾਡੇ ਬੱਚੇ ਜਿਹੜੇ ਕੁੱਟਦੀ ਹੈ ਨਜਾਇਜ਼, ਭੋਰਾ ਭੋਰਾ ਬੱਚਿਆਂ ਨੂੰ ਸਾਡੇ ਅੰਦਰ ਬੰਦ ਕਰਕੇ ਘੰਟਾ ਘੰਟਾ ਵਾਰਨੀ ਜੀ ਖੋਲਦੀ ਹੈ ਜੀ, ਕਹਿੰਦੇ ਤੁਸੀਂ ਮੇਰਾ ਕੀ ਕਰ ਲਈ, ਜੇ ਅਸੀਂ ਜਾਂਦੇ ਹਾਂ ਤਾਂ ਸਾਨੂੰ ਬੋਲਦੀ ਕਿੱਦਾਂ ਉਹ,
ਚੂੜੇ 'ਚ ਮਾਰਤੇ ਬਿਨਾਂ ਨਹੀਂ ਬੋਲਦੀ ਹੈਗੀ, ਬਾਹਰ ਨਿਕਲ ਜਾਓ ਮੇਰੇ ਸਕੂਲ ਤੋਂ ਬਾਹਰ, ਤੁਸੀਂ ਮੇਰੇ ਸਕੂਲ ਦੇ ਅੰਦਰ ਨਹੀਂ ਆ ਸਕਦੇ। ਇੱਕ ਸਾਡੇ ਬਹੂ ਦੇ ਥੱਪੜ ਮਾਰਨ ਲੱਗੀ ਸੀ, ਸਾਡੇ ਬਹੂ ਕਹਿੰਦੀ ਵੀ ਤੂੰ ਮੇਰੇ ਥੱਪੜ ਕਿਵੇਂ ਮਾਰੀ, ਉਹਨੂੰ ਕਹਿੰਦੀ ਕਿ ਮਾਰੀਏ, ਕਹਿੰਦੀ ਆਪਣੀ ਇੱਕ ਅਸਤਰ ਹੈ, ਉਹ ਕਹਿੰਦੀ ਤੂੰ ਜੱਟੀ ਹੋਵੇਂਗੀ ਆਪਣੇ ਘਰ ਨੂੰ ਹੋਵੇਗੀ, ਮੇਰੇ ਕੋਲ ਵੀ ਜਪੇੜਾ ਫਿਰ ਆ ਜਾ। ਉਹ ਤੋਂ ਤਾਂ ਪਿੱਛੇ ਹਟੀ ਆ। ਹੁਣ ਅਸੀਂ ਗਰੀਬ ਬੰਦੇ ਕੀ ਕਰ ਸਕਦੇ ਹਾਂ, ਦੱਸੋ ਦੱਸੋ ਜੀ, ਸਾਨੂੰ ਕੋਈ ਇਨਸਾਫ ਸਾਨੂੰ ਮਿਲਣਾ ਚਾਹੀਦਾ। ਅਸੀਂ ਤਾਂ ਗਰੀਬ ਬੰਦੇ ਹਾਂ, ਕੋਈ ਪੈਸਾ ਸਾਡੇ ਕੋਲ ਨਹੀਂ, ਵੀ ਅਸੀਂ ਲਾ ਦਾਂਗੇ ਚੱਕ ਕੇ। ਮੈਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਤਿਹਗੜ੍ਹ ਸਾਹਿਬ ਦੀ ਦਾਸ ਸਿੰਘ ਜੀ, ਅਤੇ ਮੈਨੂੰ ਬੀਪੀ ਸਾਹਿਬ ਤੋਂ ਪਤਾ ਲੱਗਿਆ ਸੀ ਕਿ ਭਗਵਾਨਪੁਰਾ ਜਿਹੜਾ ਪਿੰਡ ਆ ਸਾਡਾ ਐਲੀਮੈਂਟਰੀ ਸਕੂਲ ਆ, ਉੱਥੇ ਟੀਚਰ ਨੇ ਬੱਚਿਆਂ ਦੇ ਨਾਲ ਮਿਸਬਿਹੇਵ ਕੀਤਾ, ਜਾਂ ਉਹਦੇ ਨਾਲ ਜੋ ਵੀ ਉਹਨੇ ਕੁੱਟਮਾਰ ਕੀਤੀ ਉਹ ਦੱਸਣ ਦੇ ਅਨੁਸਾਰ ਆ, ਪਰ ਉਸਦੀ ਜੋ ਵੀ ਹੋਊ ਉਹਦੀ ਨਿਰਪੱਖ ਇਨਕੁਆਇਰੀ ਕਰਵਾਈ ਜਾਊ, ਅਤੇ ਟੀਚਰ ਦੇ ਵਿਰੁੱਧ ਜੋ ਵੀ ਹੋਊ ਵਿਭਾਗੀ ਕਾਰਵਾਈ ਵਿਭਾਗ ਦੀ ਹਦਾਇਤ ਅਨੁਸਾਰ ਉਹ ਕਰੀ ਜਾਊ।